ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਵੈਲਕਮ ਹੈ ਜੀ ਨਵੇਂ ਵਲੌਗ 'ਚ। ਅਤੇ ਇੰਟਰੋ ਥੋੜ੍ਹੀ ਜਿਹੀ ਆਪਣੇ ਟਰੈਕਟਰ ਤੋਂ ਹੀ ਸ਼ੁਰੂ ਹੋਈ ਹੈ। ਅਤੇ ਚੱਕਰ ਇਹ ਆ ਵੀ ਆਪਾਂ ਚੱਲੇ ਹਾਂ ਜੀ ਇਹਦੀ ਵੇਟ ਕਿੱਟ ਦਾ ਕੰਮ ਕਰਾਉਣ ਮੁੰਡਿਆਂ ਕੋਲ, ਅਤੇ ਜਾ ਕੇ ਤੁਹਾਨੂੰ ਮਿਲਦੇ ਹਾਂ ਉੱਥੇ। ਕਿਉਂਕਿ ਹੁਣ ਇੱਦਾਂ ਹੀ ਨਾ ਵੇਟ ਕਿੱਟ ਵਾਲਾ ਕੰਮ ਜਿਹੜਾ ਆ ਹੁਣ ਨਿਬੜ ਜੂਗਾ ਸਹੀ ਆ, ਫਿਰ ਪੇਂਟ 'ਤੇ ਵੀ ਦੇ ਕੇ ਆਉਣਾ ਪੈਣਾ ਆ ਸਾਰਾ ਸਿਸਟਮ, ਵੇਟ ਕਿੱਟ ਪੇਂਟ ਕਰਾਉਣੀ ਪੈਣੀ ਆ। ਮੈਂ ਕਿਹਾ ਵੀ ਅੱਜ ਇਹਨੂੰ ਦੇ ਕਰਾ ਹੀ ਲਈਏ, ਅਤੇ ਅੱਜ ਮੌਸਮ ਵੀ ਖੁੱਲ੍ਹਾ ਆ। ਦੋ ਤਿੰਨ ਦਿਨ ਤੋਂ ਇੱਦਾਂ ਹੁੰਦਾ ਸੀਗਾ ਮਿੰਟ ਮਿੰਟ 'ਚ ਮੀਂਹ ਜਿਹੇ ਵਾਲਾ ਮੌਸਮ ਹੋ ਜਾਂਦਾ ਸੀਗਾ, ਤਾਂ ਕਰਕੇ ਅੱਜ ਮੌਸਮ ਖੁੱਲ੍ਹਾ ਆ, ਜਾ ਕੇ ਫਟਾਫਟ ਵੇਟ ਕਿੱਟ ਵਾਲਾ ਕੰਮ ਕਰਾ ਲਿਆਉਂਦੇ ਹਾਂ ਇਹਦਾ। ਅਤੇ ਫਿਲਹਾਲ ਬਸ ਮੈਨੂੰ 15 ਕੁ ਮਿੰਟ ਲੱਗਣੇ ਆ, 10 ਕੁ ਮਿੰਟ ਜਾਣ ਲੱਗੇ। ਅਤੇ ਤੁਹਾਨੂੰ ਇੱਕ ਚੀਜ਼ ਚੈੱਕ ਕਰਾਉਂਦਾ ਆ, ਰੁਕ ਜਾਓ ਥੋੜ੍ਹਾ ਜਿਹਾ ਪਿੰਡ ਤੋਂ ਬਾਹਰ ਨਿਕਲ ਲਈਏ, ਪਿਕਅਪ ਚੈੱਕ ਕਰਾਉਂਦਾ ਤੁਹਾਨੂੰ DPJ 'ਚ ਕਿੱਦਾਂ ਚ ਫੜਦਾ ਆ, ਮੈਂ ਦੁਬਾਰਾ ਕੰਟੀਨਿਊ ਕਰਦਾ ਵਾ। ਲਓ ਜੀ ਚੈੱਕ ਕਰਾਉਂਦਾ, ਆਹ ਚੈੱਕ ਕਰੋ, ਆਹ ਤੀਜਾ ਆ ਇੱਧਰੋਂ, ਆਹ ਡੀ ਆ, ਠੀਕ ਹੈ, 1000 ਚੱਕਰਾਂ ਦੇ ਟਰੈਕਟਰ ਜਾਂਦਾ ਆ। ਅੱਗੇ ਵੇਟ ਨਾ ਹੋਣ ਕਰਕੇ ਟਰੈਕਟਰ ਸਾਂਭਦਾ ਬਹੁਤ ਔਖਾ ਆ, ਸੱਜੇ ਖੱਬੇ ਭੱਜਦਾ ਆ, ਕਿਉਂਕਿ ਵੇਟ ਐਂ ਨਹੀਂ ਆ ਟੱਪਦਾ ਆ ਅੱਗਿਓਂ। ਅਤੇ ਇਹਦੀ ਪਹਿਲਾਂ ਅਲਾਈਨਮੈਂਟ ਆਊਟ ਸੀਗੀ, ਜਦੋਂ ਆਪਾਂ ਹਿੱਸਾ ਚੇਂਜ ਕੀਤਾ ਆ ਅਲਾਈਨਮੈਂਟ ਸਹੀ ਨਹੀਂ ਸੀ ਹੋਈ, ਫਿਰ ਮਿਸਤਰੀ ਨੇ ਅਲਾਈਨਮੈਂਟ ਕੀਤੀ ਸੀ ਇੱਕ ਦਿਨ, ਉਸ ਤੋਂ ਬਾਅਦ ਤਾਂ ਬਹੁਤ ਫਰਕ ਪੈ ਗਿਆ ਸੀਗਾ। ਨਹੀਂ ਤਾਂ ਪਹਿਲਾਂ ਤਾਂ ਸਟੇਅਰਿੰਗ ਜਿੱਦਾਂ ਐਵੇਂ ਛੱਡ ਦਿੰਦੇ ਸੀ, ਛੱਡ ਨਹੀਂ ਹੁੰਦਾ ਸਟੇਅਰਿੰਗ, ਨਾਲ ਦੇ ਨਾਲ ਸੱਜੇ ਖੱਬੇ ਹੋ ਜਾਂਦਾ ਸੀ ਟਰੈਕਟਰ, ਪਰ ਹੁਣ ਕਾਫੀ, ਹੁਣ ਤਾਂ ਸਿਰਫ ਵੇਟ ਕਰਕੇ ਅੱਗੇ ਟੱਪਣ ਲੱਗ ਜਾਂਦਾ। ਅਤੇ ਫਿਲਹਾਲ ਆਪਾਂ ਹੁਣ ਚੱਲਦੇ ਹਾਂ ਪਹੁੰਚ ਕੇ, ਫਿਰ ਕੰਟੀਨਿਊ ਕਰਦੇ ਹਾਂ ਵਲੌਗ ਨੂੰ। ਪਹੁੰਚ ਗਏ ਆਪਾਂ ਭਰਾਵਾਂ ਕੋਲ, ਇੱਥੇ ਸਾਰਾ ਕੰਮ ਹੋਣਾ ਆ। ਹੁਣ ਗੱਲ ਇੱਦਾਂ ਆ, ਇਹਦੇ ਅੱਗੇ ਬਣਨਾ ਜੀ ਚੁੱਲ੍ਹਾ, ਚੁੱਲ੍ਹਾ ਬਣ ਕੇ ਫਿਰ ਉਹਦੀਆਂ ਸਾਈਡਾਂ ਵਾਲੀਆਂ ਪਲੇਟਾਂ ਨਾਲ ਬਣਨੀਆਂ ਆ, ਠੀਕ ਹੈ। ਅਤੇ ਉਹ ਬਣ ਗਿਆ ਜਦੋਂ ਫਿਰ ਬਸ ਪਲੇਟਾਂ ਪੈ ਜਾਣੀਆਂ, ਤਾਂ ਵੇਟ ਆਪਣਾ ਡਨ ਆ। ਕਲਰ ਕਦੀ ਕਦੀ ਆਉਂਦਾ ਜਸਟਿਸ 'ਚ ਕੈਮਰੇ ਦੇ, ਮਤਲਬ ਡਿਪੈਂਡ ਕਰਦਾ ਮੌਸਮ 'ਤੇ, ਮੌਸਮ ਕਿੱਦਾਂ ਦਾ, ਜੇ ਧੁੱਪ ਨਾ ਨਿਕਲੇ ਫਿਰ ਕਲਰ ਦਾ ਇੰਨਾ ਜ਼ਿਆਦਾ ਪਤਾ ਨਹੀਂ ਲੱਗਦਾ। ਆਹ ਪਈ ਆਪਣੀ ਟੈਂਕੀ, ਪਹਿਲਾਂ ਸੇਲ ਕਰਨ ਦਾ ਵਿਚਾਰ ਸੀਗਾ ਪਰ ਹੁਣ ਸੇਲ ਕਰਨ ਦਾ ਵਿਚਾਰ ਨਹੀਂ ਹੈਗਾ, ਆਪਾਂ ਇਹਦਾ ਉਹ ਜੁਗਾੜ ਜਿਹਾ ਉੱਥੋਂ ਵਧਾ ਕੇ ਇੱਥੇ ਅੱਗੇ ਲਾ ਦੇਣਾ ਤੇਲ ਪਹੁੰਚ ਆਸਾਨੀ ਹੋਈ ਦੀ, ਨਾਲੇ ਉਹ ਚੁੱਭਦਾ ਆ ਜਦੋਂ ਆਪਾਂ ਉੱਪਰ ਬਹਿੰਦੇ ਨਾ ਸੀਟ 'ਤੇ, ਉਹ ਵੱਖੀ 'ਚ ਲੱਗਦਾ, ਤਾਂ ਕਰਕੇ ਉਹਨੂੰ ਸੈੱਟ ਕਰ ਲਵਾਂਗੇ। ਅਤੇ ਇੱਕ ਆਪਣੀ ਛਤਰੀ ਆ, ਛਤਰੀ ਦੁਬਾਰਾ ਪੇਂਟ ਕਰਾ ਲਵਾਂਗੇ, ਠੀਕ। ਉਹ ਟ੍ਰਾਇਲ ਜਿਹਾ ਕੀਤਾ ਸੀ ਡਬਲ ਪੇਂਟ ਕਰਕੇ ਪਰ ਗੱਲਬਾਤ ਜੀ ਬਣਦੀ ਨਹੀਂ ਉਹਨਾਂ। ਅਤੇ ਆਹ ਪਲੇਟਾਂ ਪਈਆਂ ਆ, ਹੁਣ ਬਸ ਲਾਉਂਦੇ ਹਾਂ ਇਹਦਾ ਹਿਸਾਬ ਕਿਤਾਬ ਕਿੱਦਾਂ ਆ ਕਿੱਦਾਂ ਨਹੀਂ, ਨਾਲੇ ਤੁਹਾਨੂੰ ਦਿਖਾਉਂਦੇ ਹਾਂ। ਮੈਂ ਉੱਥੋਂ ਨਿਕਲ ਪਿਆ ਸੀ, ਸਮਾਨ ਜਿਹੜਾ ਸੀਗਾ ਆਪਾਂ ਨੂੰ ਚਾਹੀਦਾ ਆ, ਉਹ ਅੱਜ ਸੰਡੇ ਆ ਅਤੇ ਤਾਂ ਕਰਕੇ ਲਾਗੇ ਪਾਸੇ ਤਾਂ ਮਿਲਿਆ ਨਹੀਂ, ਹੁਣ ਸਮਾਨ ਆਊਗਾ ਕੱਲ੍ਹ, ਠੀਕ ਹੈ। ਅਤੇ ਉਸ ਤੋਂ ਬਾਅਦ ਕੰਮ ਸ਼ੁਰੂ ਹੋਊਗਾ ਇਹਦਾ, ਜਿੰਨਾ ਵੀ ਵੇਟ ਆ ਇਹ 'ਚ ਆਪਾਂ ਰੋਕ ਕੇ ਫਿਰ ਗੱਲ ਕਰਦੇ ਹਾਂ ਇਹਦੇ ਬਾਰੇ ਵੀ ਕੀ ਕੁਛ ਪਾਉਣਾ ਆ ਕਿੱਦਾਂ ਕਿੱਦਾਂ ਆ। ਅਤੇ ਇੱਕ ਮੈਨੂੰ ਲੱਗਦਾ ਇਹਦੀ ਹੋ ਗਈ ਗੇਜ ਖਰਾਬ, ਇਹ 'ਚ ਮੈਂ ਹੁਣ ਵੀ ਤੇਲ ਪਵਾਇਆ ਅਤੇ ਕੱਲ੍ਹ ਵੀ ਪਵਾਇਆ ਸੀ, ਗੇਜ ਉੱਠਦੀ ਨਹੀਂ ਪਈ, ਠੀਕ ਹੈ। ਮੈਨੂੰ ਲੱਗਦਾ ਇਹਦਾ ਕੰਮ ਹੋ ਗਿਆ ਆ, ਗੇਜ ਇਹ ਪਾਉਣੀ ਪਏਗੀ ਜਾਂ ਕੋਈ ਤਾਰ ਤੂਰ ਦਾ ਚੱਕਰ ਹੋਣਾ ਆ। ਅਤੇ ਫਿਲਹਾਲ ਆਪਾਂ ਰੁਕਾਂਗੇ, ਰੁਕ ਕੇ ਫਿਰ ਗੱਲ ਕਰਦੇ ਹਾਂ ਇਹਦੇ ਬਾਰੇ ਸਾਰੀ। ਮੈਂ ਰੁਕਿਆ ਸੀਗਾ ਸਪੈਸ਼ਲ, ਮੈਂ ਕਿਹਾ ਪਹਿਲਾਂ ਭਰਾਵਾਂ ਨੂੰ ਦੱਸ ਹੀ ਦੇਈਏ, ਫਿਰ ਆਪਣੇ ਦਿਮਾਗੋਂ ਗੱਲਾਂ ਨਿਕਲ ਜਾਂਦੀਆਂ ਆ, ਠੀਕ ਹੈ। ਸੋ ਇਹਦੇ ਅੱਗੇ ਨਾ ਜੀ ਆਪਾਂ 17 ਪਲੇਟਾਂ ਪਾਉਣੀਆਂ ਆ, ਠੀਕ ਹੈ। ਅਤੇ ਉਹ ਲਗਭਗ ਪਲੇਟ ਜਿਹੜੀਆਂ ਹੈਗੀਆਂ ਉਹਦੇ 'ਚੋਂ 15 ਪਲੇਟਾਂ ਤਾਂ ਹੈਗੀਆਂ 22-22 ਕਿਲੋ ਦੀਆਂ, ਅਤੇ 2 ਪਲੇਟਾਂ ਉਹਨਾਂ 'ਚੋਂ 26-26 ਕਿਲੋ ਦੀਆਂ, ਪਤਾ ਨਹੀਂ 28-28 ਕਿਲੋ ਦੀਆਂ ਆ, ਇੰਨਾ ਫਰਕ ਆ, ਠੀਕ ਹੈ। ਅਤੇ ਉਹਦੇ ਹੁਣ ਚੁੱਲ੍ਹਾ ਇਸ ਹਿਸਾਬ ਨਾਲ ਬਣਾਉਣਾ ਆ ਵੀ ਚੁੱਲ੍ਹਾ ਵੱਖਰਾ ਹੋਊਗਾ, ਸਾਈਡਾਂ ਦੀਆਂ ਪਲੇਟਾਂ ਵੱਖਰੀਆਂ ਹੋਣਗੀਆਂ, ਤਾਂ ਕਰਕੇ ਇਹਦਾ ਸਾਰਾ ਸਮਾਨ ਜਿਹੜਾ ਉਹ ਆਪਾਂ
ਲਿਖਾਤਾ ਆ, ਉਹ ਸਮਾਨ ਹੁਣ ਕੱਲ੍ਹ ਆ ਜੂਗਾ। ਅਤੇ ਜੇ ਆਪਾਂ ਨਾ ਵੀ ਅਵੇਲੇਬਲ ਹੋਏ, ਆਪਣੇ ਮੁੰਡੇ ਜੱਸਾ ਜਾਂ ਲਵੀ ਕੋਈ ਇਹਨਾਂ 'ਚ ਜਾ ਆਊਗਾ ਅਤੇ ਲੈ ਜੂਗਾ ਟਰੈਕਟਰ ਦੇ, ਉਹਨਾਂ ਕਰ ਦੂਗਾ। ਅਤੇ ਪਹਿਲਾਂ ਤਾਂ ਚੀਜ਼ ਆਹ ਹੋ ਗਈ ਆ ਜਿਹੜਾ ਚੁੱਲ੍ਹਾ ਕਰਾਉਣਾ ਆ। ਅਤੇ ਦੂਜੀ ਗੱਲ, ਬਹੁਤ ਵੀਰਾਂ ਦੇ ਮੈਸੇਜ ਆਉਂਦੇ ਆਹ ਲਾਈਟਾਂ ਕਰਕੇ ਵੀ, ਆਹ ਲਾਈਟਾਂ ਵੀਰੋ ਕਿੱਥੋਂ ਲਈਆਂ। ਵੀਰੋ ਇਹ ਲਾਈਟਾਂ ਹੈਗੀਆਂ ਅਤੇ ਬਹੁਤ ਆਮ ਸੀਗੀਆਂ, ਐਵੇਂ ਤੁਹਾਨੂੰ ਕਹਿ ਦਾਂ, ਠੀਕ ਹੈ ਵੀ ਐਡੀ ਕੋਈ ਖਾਸ ਲਾਈਟ ਹੈ ਨਹੀਂ, ਪਰ ਇਹਦਾ ਥਰੋ ਅਤੇ ਇਹਦੀ ਲੁੱਕ ਬਹੁਤ ਜ਼ਿਆਦਾ ਵਧੀਆ ਆ। ਠੀਕ, ਇਹ ਸਪਲੈਂਡਰ ਨੂੰ ਲੱਗਣ ਵਾਸਤੇ ਲਾਈਟ ਆਈ ਸੀਗੀ, ਠੀਕ, ਪਰ ਇਹ ਇਹੋ ਜਿਹੀ ਆਊਟ ਆਫ ਸਟੋਕ ਹੋਈ ਮਾਰਕੀਟ 'ਚੋਂ, ਇਹ ਦੁਬਾਰਾ ਮਿਲੀ ਨਹੀਂ ਕਿਸੇ ਨੂੰ ਵੀ। ਬਹੁਤ ਲੱਭ ਲਈਆਂ, ਈਵਨ ਮੈਂ ਵੀ ਲੱਭ ਲਈਆਂ, ਕਿਉਂਕਿ ਇਹਦਾ ਹਾਈ ਬੀਮ ਇੱਕ ਤਾਂ ਖਰਾਬ ਹੋ ਗਿਆ, ਇੱਕ ਪਤਾ ਨਹੀਂ ਕੀ ਸਿਸਟਮ ਆ, ਵੱਖਰੀਆਂ ਵੱਖਰੀਆਂ ਜਿਹੀਆਂ ਚੱਲਦੀਆਂ ਆ। ਠੀਕ ਹੈ, ਪਰ ਕੁੱਲ ਮਿਲਾ ਕੇ ਦੋਵਾਂ ਦਾ ਜਿਹੜਾ ਰੋਸ਼ਨੀ ਆ ਉਹ ਬਹੁਤ ਜ਼ਿਆਦਾ ਆ, ਇਹਨਾਂ ਦਾ ਥਰੋ ਬਹੁਤ ਸੋਹਣਾ ਆ। ਠੀਕ ਹੈ, ਸੋ ਇਸ ਕਰਕੇ ਆਪਾਂ ਜਿਹੜਾ ਆ ਵੀ ਇਹ ਲਾਈਟਾਂ ਨਾ ਮਿਲੀਆਂ ਨਹੀਂ ਵੀਰੋ, ਜਦੋਂ ਮਿਲੀਆਂ ਮੈਂ ਇੰਸਟਾਗ੍ਰਾਮ 'ਤੇ ਵੀ ਦੱਸ ਦੂੰਗਾ ਸਾਰਿਆਂ ਨੂੰ ਸਟੋਰੀ ਪਾ ਕੇ। ਅਤੇ ਵੈਸੇ ਵੀ ਫਿਰ ਆਉਂਦੀ ਆ ਗੱਲ ਜੀ ਮਡਗਾੜ ਵਾਲੀਆਂ ਲਾਈਟਾਂ, ਮਡਗਾੜ ਵਾਲੀਆਂ ਲਾਈਟਾਂ ਦਾ ਕੀ ਕੀਤਾ ਵੀਰੋ, ਇਹ ਹੈਗੀਆਂ ਫਾਰਮ ਟਰੈਕ ਦੀਆਂ, CRD ਦੀਆਂ। ਠੀਕ ਹੈ, ਅਤੇ ਇਹਦਾ ਵੀ ਬਹੁਤ ਜੁਗਾੜ ਕਰਨੇ ਪਏ, ਸੈਟਿੰਗ ਕਰਨੀ ਪਈ, ਮੋਡੀਫਿਕੇਸ਼ਨ ਕਰਨੀ ਪਈ, ਤਾਂ ਜਾ ਕੇ ਇਹ ਲਾਈਟਾਂ ਜਿਹੜੀਆਂ ਆਪਣੇ ਟਰੈਕਟਰ ਨੂੰ ਫਿੱਟ ਆਈਆਂ ਆ। ਠੀਕ, ਮੇਨਲੀ ਤਾਂ ਇਹੀ ਸੀਗਾ। ਫਿਰ ਬਹੁਤੇ ਵੀਰ ਪੁੱਛਦੇ ਆ ਹਿੱਸਾ ਕਿੱਦਾਂ ਅੱਗਿਓਂ, ਟਰੈਕਟਰ ਚੌੜਾ ਬਹੁਤ ਲੱਗਦਾ ਆ, ਉਹਦਾ ਰੀਜ਼ਨ ਹੈ ਵੀਰੋ ਇਹਨੂੰ ਹਿੱਸਾ ਹੀ ਦੂਜਾ ਪਾਇਆ ਆ, ਜਿਹੜਾ ਆਪਣਾ ਪਰਮਾ ਕਲੱਚ ਨੂੰ ਆਉਂਦੇ ਆ ਹਿੱਸੇ। ਇੱਕ ਤਾਂ ਗਲੋਬਲ ਆਉਂਦਾ ਆ, ਇਹ ਉੱਤੋਂ ਉੱਪਰਲਾ, ਪਹਿਲਾਂ ਮੈਂ ਇਹਨੂੰ ਗਲੋਬਲ ਕਹੀ ਜਾਂਦਾ ਹੁਣ ਵੀ ਇਹ ਗਲੋਬਲ ਹਿੱਸਾ ਆ, ਪਰ ਜਦੋਂ ਧਿਆਨ ਨਾਲ ਦੇਖਿਆ ਗਲੋਬਲ ਹਿੱਸਾ ਤਾਂ ਇਸ ਤੋਂ ਵੀ ਹਲਕਾ ਆ। ਠੀਕ ਹੈ, ਅਤੇ ਇਹ ਉਸ ਤੋਂ ਕਾਫੀ ਜ਼ਿਆਦਾ ਭਾਰੀ ਆ। ਪਹਿਲੀਆਂ ਚੀਜ਼ਾਂ ਤਾਂ ਇਹੀ ਸੀਗੀਆਂ ਜਿਹੜੀਆਂ ਵੀਰਾਂ ਨੇ ਬਹੁਤ ਜ਼ਿਆਦਾ ਪੁੱਛੀਆਂ ਮੈਨੂੰ, ਕਿਉਂਕਿ ਇਹਨਾਂ ਚੀਜ਼ਾਂ ਕਰਕੇ ਟਰੈਕਟਰ ਦੀ ਲੁੱਕ ਬਹੁਤ ਡਿਫਰੈਂਟ ਆਉਂਦੀ ਆ। ਕਰੋ ਚੈੱਕ, ਦੇਖੋ ਤਾਂ ਦੇਖੋ। ਬਾਕੀ ਰਹੀ ਗੱਲ ਇਹਦੇ, ਹੁਣ ਆਪਾਂ ਨਾ ਇੱਕ ਸਟੈਬਲਾਈਜ਼ਰ ਕੱਢ ਕੇ ਸੰਗਲ ਪਾ ਤੇ ਇਹਨੂੰ, ਠੀਕ ਹੈ, ਕਿਉਂਕਿ ਮੈਂ ਸਟੈਬਲਾਈਜ਼ਰਾਂ ਤੋਂ ਬਹੁਤ ਜ਼ਿਆਦਾ ਦੁਖੀ ਹੋ ਗਿਆ ਸੀਗਾ। ਕਦੀ ਉਹਦੀ ਕੋਈ ਪਿੰਨ ਡਿੱਗੀ, ਕਦੀ ਉਹ ਨਿਕਲ ਕੇ ਟਾਇਰ ਵੱਲ ਨੂੰ ਚੱਲ ਗਿਆ, ਈਵਨ ਮੇਰਾ ਟਾਇਰ ਵੀ ਬਚਿਆ ਆ 2 ਵਾਰੀ। ਠੀਕ ਹੈ, ਨਹੀਂ ਇਹ ਟਾਇਰ 'ਚ ਟਾਇਰ ਪਾੜ ਜਾਣਾ ਸੀ ਸਟੈਬਲਾਈਜ਼ਰ ਕਰਕੇ। ਠੀਕ ਹੈ, ਅਤੇ ਤਾਂ ਕਰਕੇ ਆਪਾਂ ਜਿਹੜਾ ਆ ਸਟੈਬਲਾਈਜ਼ਰ ਵਾਲਾ ਫਾਹਾ ਹੀ ਵੜਤਾ, ਆਪਾਂ ਸੰਗਲਾਂ ਪਾ ਤੀਆਂ ਲਿਆ ਕੇ, ਅਤੇ ਪਿੱਛੇ ਇਹਨੂੰ 3-3 ਵੇਟ ਹੋ ਗਏ, 1.5 ਕੁਇੰਟਲ ਇੱਧਰ ਹੈ, 1.5 ਕੁਇੰਟਲ ਪਰੇ ਆ। ਟਾਇਰ ਆਪਾਂ ਤੁਹਾਨੂੰ ਪਤਾ ਹੀ ਆ ਕਿ ਚੌੜੇ ਕਰਾਏ ਆ। ਠੀਕ ਹੈ, ਅਤੇ ਫਰੰਟ 'ਤੇ ਵੀ ਵੇਟ ਹੁਣ ਚੰਗਾ ਹੀ ਹੋ ਜਾਣਾ ਆ, ਤੁਸੀਂ ਟੋਟਲ ਮਾਰ ਲਿਓ। ਮੇਰੇ ਅਕੋਰਡਿੰਗਲੀ 3 ਕੁਇੰਟਲ 85 ਕਿਲੋ ਦੇ ਵਜਨ ਦਾ ਤਾਂ ਸਿਰਫ ਪਲੇਟਾਂ ਹੋ ਗਈਆਂ, ਅਤੇ 1 ਕੁਇੰਟਲ ਖੰਡ ਹੋਰ ਨਹੀਂ ਕਿਤੇ ਗਿਆ, ਕਿਉਂਕਿ ਚੁੱਲ੍ਹਾ ਚੱਲਾ ਲੱਗਣਾ ਆ, ਸਾਈਡਾਂ ਵਾਲੀਆਂ ਪਲੇਟਾਂ ਆ। ਠੀਕ ਹੈ, 1 ਕੁਇੰਟਲ ਖੰਡ ਉਹ ਬਣ ਜਾਣਾ ਆ, ਅਤੇ ਤੁਹਾਡੇ ਸਾਹਮਣੇ 4 ਕੁਇੰਟਲ 85 ਕਿਲੋ ਦੇ ਵਜਨ ਚੱਲ ਜਾਣਾ ਆ, ਅਤੇ ਹਿੱਸਾ ਵੀ ਮੂਹਰੋਂ ਪਾਰੀ ਹੋ ਗਿਆ। ਇਹ ਸਾਰਾ ਮੋਡੀਫਿਕੇਸ਼ਨ ਤਾਂ ਕੀਤੀ, ਹਿੱਸੇ ਵਾਲੀ ਤਾਂ ਮੈਂ ਮੇਨਲੀ ਤਾਂ ਕੀਤੀ ਸੀ ਕਿਉਂਕਿ ਵੀਰੋ ਜਿਹੜਾ ਆਪਣਾ ਸੁਪਰ ਸੀਡਰ 'ਤੇ ਟਰੈਕਟਰ ਉੱਠਦਾ ਨਾ ਉਹ ਬਹੁਤ ਪ੍ਰੋਬਲਮ ਕਰਦਾ ਆ, ਸੋ ਇੱਕ ਸੁਪਰ ਸੀਡਰ ਵੀ 9 ਫੁੱਟ ਆਇਆ ਆਪਣੇ ਕੋਲ ਤਾਂ ਕਰਕੇ। ਠੀਕ ਹੈ, ਸੋ ਇਹਨਾਂ ਸਭ ਕਾਰਨਾਂ ਕਰਕੇ ਆਪਾਂ ਇਹ ਸਭ ਮੋਡੀਫਿਕੇਸ਼ਨ ਕੀਤੀਆਂ ਜੋ ਕਿ ਮੇਰੇ ਜ਼ਰੂਰਤ ਮੁਤਾਬਕ ਸੀ। ਇਹ ਨਹੀਂ ਕਿ ਹਾਂ ਕੋਈ ਵੀ ਚੀਜ਼ ਆਪਾਂ ਐਵੇਂ ਹੀ ਕਰਤੀ ਜਿਹਦਾ ਕੋਈ ਲੈਣਾ ਦੇਣਾ ਹੈ ਹੀ ਨਹੀਂ ਸੀ ਟਰੈਕਟਰ ਨਾਲ। ਠੀਕ ਹੈ, ਹਾਂ ਸਿਰਫ ਇੱਕ ਪੇਂਟ ਦਾ ਸੀਗਾ, ਪੇਂਟ ਮੈਂ ਤਾਂ ਕਰਾਇਆ ਕਿਉਂਕਿ ਮੈਨੂੰ ਡਿਫਰੈਂਟ ਰੱਖਣ ਦੀ ਆਦਤ ਆ, ਅਤੇ ਤਾਂ ਮੈਂ ਸੋਚਿਆ ਸੀ ਵੀ ਜਦੋਂ ਆਪਾਂ ਸ਼ੋਅ ਦਾ ਡਿਫਰੈਂਟ ਕਰਤਾ ਤਾਂ ਥੱਲਿਓਂ ਵੀ ਡਿਫਰੈਂਟ ਕਰਨਾ। ਹਾਲੇ ਆਪਣੇ ਤੋਂ ਗੰਦਾ ਹੋ ਗਿਆ ਟਰੈਕਟਰ, ਮੈਂ ਪਾਣੀ ਪੂਣੀ 'ਚੋਂ ਦੀ ਕੱਢ ਲਿਆ ਸੀਗਾ, ਤਾਂ ਕਰਕੇ ਛੁੱਟੇ ਛੁੱਟੇ ਪਏ ਆ, ਸਾਫ਼ ਸਫਾਈ ਨਹੀਂ ਕੀਤੀ, ਹਾਲੇ ਇਹਨੂੰ ਜਾ ਕੇ ਖੜਾ ਦੇਣਾ ਆ, ਅਤੇ ਫਿਰ ਬਾਕੀ ਦਾ ਕੰਮ ਇਹਦਾ ਕਰਾਂਗੇ ਜਦੋਂ ਸਾਰਾ ਕੰਮ ਕੰਪਲੀਟ ਕਰਕੇ, ਫਿਰ ਇਹਨੂੰ ਐਨ ਲਿਸ਼ਕਾ ਕੇ ਖੜਾਉਣਾ ਆ ਜਦੋਂ ਵੀ। ਅਤੇ ਬਾਕੀ ਤੁਸੀਂ ਦੇਖ ਲਓ। ਓਕੇ ਲੋਕੇ, ਇੱਕ ਇਹ ਵੀ ਬੜੇ ਕਮੈਂਟ ਆਉਂਦੇ ਵੀਰੇ ਇਹਦੇ ਸਟਿੱਕਰ ਕਦੋਂ ਲਵਾਉਣੇ ਆ। ਸਟਿੱਕਰ ਵੀ ਬਾਬੇ ਜ਼ਿਆਦਾ ਨਹੀਂ, ਥੋੜ੍ਹਾ ਜਿਹਾ ਟਾਈਮ ਆਪਾਂ ਨੂੰ ਨਾ ਐਕਚੁਅਲ 'ਚ, ਜਿਹੜਾ ਬੰਦਾ ਆਪਣਾ ਕੰਮ ਕਰਦਾ ਉਹ ਚੱਲ ਗਿਆ ਬਾਹਰ। ਠੀਕ ਹੈ, ਹੁਣ ਦੂਜਾ ਮੁੰਡਾ ਇੱਕ ਹੈਗਾ ਆ ਕਿ ਇਹਨੇ ਦੱਸਿਆ, ਉਹਦੇ ਕੋਲ ਥੋੜ੍ਹਾ ਜਿਹਾ ਟਾਈਮ ਹਾਲੇ ਹੈ ਨਹੀਂ, ਅਤੇ ਨਾਲੇ ਉਹ ਕੁਛ ਕੁ ਡਿਵਾਈਸ ਅਪਗ੍ਰੇਡ ਕਰਨ ਲੱਗਿਆ ਹੋਇਆ ਆਪਣੇ,
ਫਿਰ ਉਸ ਹਿਸਾਬ ਨਾਲ ਦੇਖਾਂਗੇ ਆਪਾਂ ਡੈਕਲਸ ਵੀ ਇਹਦੇ ਲਵਾਉਣੇ ਹੀ ਲਵਾਉਣੇ ਆ, ਸਟਿੱਕਰ ਤਾਂ ਲਵਾਵਾਂਗੇ ਯਾਰ, ਉਹਦੇ ਬਿਨਾਂ ਗੱਲ ਨਹੀਂ ਬਣਦੀ। ਠੀਕ ਹੈ, ਸਟਿੱਕਰ ਤਾਂ ਇਹਦੇ ਕਾਫੀ ਰਹੇ, ਕੁਛ ਮੈਂ ਹੋਰ ਵੀ ਮੰਗਾਏ ਆ ਜੋ ਬਣੇ ਬਣਾਏ ਆਉਂਦੇ ਆ ਉਹ ਵੀ ਮੰਗਾਏ ਆ, ਅਤੇ ਉਹਦਾ ਵੀ ਕਰਨਾ ਆ ਹਿਸਾਬ ਕਿਤਾਬ, ਉਹ ਵੀ ਲਾਉਣੇ ਆ। ਉਹ ਮੈਂ ਤਾਂ ਹੀ ਰੁਕਿਆ, ਮੈਂ ਕਿਹਾ ਸਾਰਾ ਕੰਮ ਇੱਕ ਵਾਰੀ ਹੋ ਜਾਵੇ ਫਿਰ ਹੀ ਕਰਦੇ ਹਾਂ। ਬਾਕੀ ਭਾਈ ਤੁਸੀਂ ਲੁੱਕ ਚੈੱਕ ਕਰ ਲਓ ਟਰੈਕਟਰ ਦੀ ਕਿੱਦਾਂ ਆ, ਜੋ ਜੋ ਆਪਾਂ ਡਿਫਰੈਂਟ ਕੀਤਾ ਉਹ ਤੁਹਾਨੂੰ ਦੱਸਤਾ ਆ ਫਿਲਹਾਲ ਲਈ। ਠੀਕ ਹੈ, ਬਾਕੀ ਜਿਹੜੀ ਹੁਣ ਵੀਰਾਂ ਨੇ ਉਹ ਰਿਕੁਐਸਟ ਕਰਨੀ ਆ, ਬਾਈ ਇਹਦਾ ਇੱਦਾਂ ਦੱਸੋ, ਉੱਦਾਂ ਦੱਸੋ, ਆਹ ਕੀ ਆ ਅਤੇ ਫਲਾਣਾ ਕੀ ਆ, ਮੈਂ ਪਹਿਲਾਂ ਕਹਿ ਦਿੰਦਾ ਵੀਰੋ, ਇਹਦੇ ਅੰਦਰ ਜਿਹੜਾ ਪੰਪ ਆ ਉਹ ਭੁੱਲਰ ਡੀਜ਼ਲ ਸਰਵਿਸ ਮੋਹਾਲੀ ਤੋਂ ਹੋਇਆ ਹੋਇਆ। ਠੀਕ ਹੈ, ਬਹੁਤੇ ਵੀਰ ਪੁੱਛਦੇ ਆ, ਵਾਰ ਵਾਰ ਪੁੱਛਦੇ ਆ ਨਾਲੇ। ਠੀਕ ਹੈ, ਇਸੇ ਕਰਕੇ ਮੈਂ ਪਹਿਲਾਂ ਹੀ ਦੱਸਤਾ, ਪੰਪ ਇਹਦਾ ਹੋਇਆ ਜੀ ਭੁੱਲਰ ਡੀਜ਼ਲ ਸਰਵਿਸ ਮੋਹਾਲੀ ਤੋਂ। ਠੀਕ ਹੈ, ਟਰਬੋ ਦਾ ਕੰਮ ਆਪਾਂ ਲੋਕਲੇ ਕਰਾਇਆ ਆ। ਠੀਕ ਹੈ, ਅਤੇ ਟਰਬੋ ਵੀ ਇਹ 'ਚ ਸਭ ਨੂੰ ਪਤਾ ਹੀ ਆ ਕਿਹੜਾ, ਅੱਜ ਤੱਕ ਟੈਲ ਦਾ ਹੀ ਟਰਬੋ ਲਾਇਆ ਆਪਾਂ, ਐਡਾ ਕੋਈ ਨੰਬਰ ਨੰਬਰ ਹੈ ਨਹੀਂ ਇਹਦੇ। ਠੀਕ ਹੈ, ਇਹ ਕਹਿਣ ਨੂੰ ਹੀ ਹੁੰਦਾ ਆ, ਬਾਕੀ ਗੱਲ ਨੋਰਮਲ ਜਿਹਾ ਇਹ 'ਚ ਟਰਬੋ ਆ, ਪਰ ਆਪਣਾ ਬੁੱਤਾ ਸਾਰਨ ਜੋਗਾ ਬਹੁਤ ਸੋਹਣਾ ਚੱਲਦਾ ਆ ਵੀਰ, ਕਿਸੇ ਨਾਲ ਕੰਪੀਟੀਸ਼ਨ ਨਹੀਂ, ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਇਸ ਗੱਲ 'ਤੇ ਆਪਣਾ। ਠੀਕ ਹੈ, ਇਹ ਹੈ ਕਿ ਆਪਣਾ ਬਹੁਤ ਸੋਹਣਾ ਚੱਲਦਾ ਆ, ਸਾਡਾ ਆਪਣੀ ਸੈਟਿਸਫੈਕਸ਼ਨ ਹੋਣੀ ਚਾਹੀਦੀ ਬੰਦੇ ਦੀ। ਠੀਕ ਹੈ, ਬਾਕੀ ਤੁਹਾਨੂੰ ਇਹ ਵੀ ਦਿਖਾ ਦਿੰਦਾ ਆ ਵੀ ਇਹ ਵੀਰ ਚੱਲਦਾ ਕਿੱਦਾਂ ਆ ਅਤੇ ਕੀ ਕੁਛ ਆ। ਜੌਂਡੀਅਰ ਤਾਂ ਸਾਰਿਆਂ ਨੇ ਦੇਖਿਆ ਹੋਣਾ ਚੱਲਦਾ, ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਕਿੱਦਾਂ ਚੱਲਦਾ ਆ। ਠੀਕ ਹੈ, ਲਓ ਜੀ ਤੀਜੇ ਜੀ ਪਾਉਂਦੇ ਹਾਂ ਆਪਾਂ ਇੱਥੋਂ। ਠੀਕ ਹੈ, ਤੀਜੇ ਸੀਜ ਉਹ ਵੀ ਤਾਂ ਆ ਕਿਉਂਕਿ ਡੀ ਤੀਜੇ ਦਾ ਝਟਕਾ ਜਿਹਾ ਸਹਿ ਨਹੀਂ ਹੁੰਦਾ ਪਹਿਲੇ ਹੀ ਹਾਲ। ਇੱਦਾਂ ਦਾ ਇਹਦਾ ਚਲਾਵਾ ਆ, ਆਹ ਕੁਛ ਆ, ਬਹੁਤ ਵਧੀਆ ਆ ਆਪਣੇ ਲਈ ਤਾਂ ਬਾਈ ਨਜ਼ਾਰਾ ਆ। ਹੁਣ ਆਪਾਂ ਪਹਿਲਾਂ ਇਹਦਾ ਇਹੀ ਵੇਟ ਵਾਲਾ ਕੰਮ ਕਰਾਉਣਾ, ਬਾਕੀ ਛੋਟੇ ਮੋਟੇ ਕੰਮ ਆ, ਜਾ ਕੇ ਇੱਕ ਕੰਮ ਹੋਰ ਕਰਨਾ ਆ, ਸੱਚ ਉਹਦਾ ਭੁੱਲ ਹੀ ਗਿਆ ਸੀ ਮੈਂ, ਇਹਦੀ ਪਲੇਟ ਮੰਗਾਈ ਹੋਈ ਆ ਬੜੇ ਟਾਈਮ ਤੋਂ, ਪਲੇਟ ਲਾਉਣੀ ਆ ਅਤੇ ਉਹ ਵੀ ਤੁਹਾਨੂੰ ਜਾ ਕੇ ਦੱਸਦੇ ਹਾਂ। ਇੱਕ ਚੀਜ਼ ਹੋਰ ਦੱਸਿਓ ਯਾਰ, ਜਿਹਨਾਂ ਕੋਲ ਜੌਂਡੀਅਰ ਆ, ਆ ਯਾਰ ਮੋਇਸਚਰ ਤੁਹਾਡੇ ਮੀਟਰਾਂ 'ਚ ਵੀ ਆ ਰਿਹਾ ਆ ਅੱਜ ਕੱਲ੍ਹ ਦੇ ਟਾਈਮ 'ਚ, ਇਹ ਕਮੈਂਟ ਕਰਕੇ ਜ਼ਰੂਰ ਦੱਸਿਓ, ਪਤਾ ਨਹੀਂ ਕੀ ਚੱਕਰ ਆ, ਇੱਧਰ ਦਾ ਮੋਇਸਚਰ ਕੱਲ੍ਹ ਵੀ ਆ ਗਿਆ ਸੀਗਾ ਹੁਣ ਵੀ ਆ ਗਿਆ, ਅਤੇ ਸਮਝ ਹੀ ਨਹੀਂ ਲੱਗੀ ਕੁਝ ਮੋਇਸਚਰ। ਮੈਂ ਮਿਲਦਾ ਤਾਂ ਜਾਂ ਮੀਟਰ ਪਲੇਟ ਖੋਲ੍ਹ ਕੇ ਦੇਖਣੀ ਨਾ ਪਵੇ ਮਤਲਬ ਪਿੱਛੋਂ, ਵੀ ਕਿਤੇ ਕੋਈ ਬੱਲਾ ਬੁੱਲਾ ਮਿਸਿੰਗ ਤਾਂ ਨਹੀਂ ਹੈਗਾ, ਅਤੇ ਫਿਲਹਾਲ ਆਪਾਂ ਪਹੁੰਚਦੇ ਹਾਂ, ਫਿਰ ਮਿਲਦੇ ਹਾਂ ਤੁਹਾਨੂੰ। ਸੋ ਸਵਾਗਤ ਹੈ ਜੀ ਇੱਕ ਨਵੇਂ ਦਿਨ 'ਚ, ਜਿਹੜੇ ਤੁਸੀਂ ਪਹਿਲਾਂ ਕਲਿੱਪ ਦੇਖੇ ਆ ਇਹ ਲਗਭਗ ਪਿਛਲੇ ਸੰਡੇ ਦੇ ਆ, ਅਤੇ ਹੁਣ ਅਗਲਾ ਸੰਡੇ ਆਉਣ ਵਾਲਾ ਹੈ, ਅੱਜ ਫਰਾਈਡੇ ਹੋ ਗਿਆ, ਅਤੇ ਚਾਰ ਪੰਜ ਦਿਨ ਮੈਂ ਵੀ ਬੀਜ਼ੀ ਸੀਗਾ, ਕੁਛ 3 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਸੀ, ਰਾਤੀ ਵੀ ਦਿਨੇ ਵੀ ਝੜੀ ਜੀ ਲੱਗ ਜਾਂਦੀ ਸੀ, ਫਿਰ ਕੰਮ ਦਾ ਆਪਾਂ ਨੂੰ ਪਤਾ ਆ ਵੀ ਰਾਈਡਰ ਵੀ ਬਾਹਰ ਲੈ ਕੇ ਜਾਣਾ ਆਉਣਾ ਔਖਾ ਹੋ ਜਾਂਦਾ ਆ। ਸੋ ਫਿਲਹਾਲ ਮੈਂ ਤਾਂ ਆਇਆ ਸੀ ਥੋੜ੍ਹਾ ਜਿਹਾ ਕੰਮ, ਅਤੇ ਆਪਣਾ ਮੁੰਡਾ ਜੱਸਾ ਬਾਸੀ ਉਹ ਆਪਣੇ ਆ ਟਰੈਕਟਰ ਲੈ ਕੇ ਜਗਾੜੀ ਬੰਦਿਆਂ ਕੋਲ ਪਹੁੰਚ ਗਿਆ ਆ, ਅਤੇ ਉੱਥੇ ਉਹਦਾ ਕੰਮ ਜਿਹੜਾ ਉਹ ਸ਼ੁਰੂ ਹੋ ਜਾਣਾ, ਵੇਟ ਕਿੱਟ ਵਾਲਾ ਚੁੱਲ੍ਹਾ ਚੁੱਲ੍ਹਾ ਉਹ ਬਣਾਉਣਾ ਉਹਨਾਂ ਨੇ ਜੋ ਵੀ ਕਰਨਾ ਆ। ਵੀਰ ਹੁਣੀ ਮੇਰੇ ਹਿਸਾਬ ਨਾਲ 1-2 ਦਿਨ ਬਾਅਦ ਹੀ ਸਮਾਨ ਲਿਆ ਸੀ, ਜਿੱਦਣ ਆਪਾਂ ਨਾਪਾ ਦੇ ਕੇ ਆਏ, ਫਿਰ ਮੈਂ ਥੋੜ੍ਹਾ ਬਿਜ਼ੀ ਸੀਗਾ, ਮੈਂ ਕਿਤੇ ਚਲਿਆ ਗਿਆ ਸੀਗਾ,
ਤੇ ਉਹਦੇ ਕਰਕੇ ਲੇਟ ਹੋ ਗਿਆ। ਹੁਣ ਆਪਾਂ ਨੂੰ ਲਗਭਗ ਘੰਟਾ ਡੇਢ ਘੰਟਾ ਲੱਗਣਾ ਆ, ਉਸ ਤੋਂ ਬਾਅਦ ਆਪਾਂ ਵੇਹਲੇ ਹਾਂ। ਫਿਰ ਆਪਾਂ ਚੱਲਦੇ ਹਾਂ ਸਿੱਧਾ ਜਗਾੜੀ ਬੰਦਿਆਂ ਕੋਲ, ਦੇਖਦੇ ਹਾਂ ਕੀ ਪ੍ਰੋਸੈਸ ਰਹਿੰਦਾ, ਨਾਲੇ ਤੁਹਾਨੂੰ ਦਿਖਾਵਾਂਗੇ ਵੇਟ ਕਿੱਟ ਦੀ ਕੀ ਸਿਸਟਮ ਆ, ਕੀ ਕਰਦਾ ਆ, ਕੀ ਕੁਛ ਆ, ਅਤੇ ਟੋਟਲ ਵੇਟ ਜਿਹੜਾ ਆ ਉਹਦਾ ਕਿੰਨਾ ਬਣ ਜਾਂਦਾ ਆ। ਸੋ ਮੈਂ ਘਰ ਪਹੁੰਚ ਗਿਆ ਸੀਗਾ, ਬਾ ਪਲੇਟਾਂ ਨਾ ਦੋ ਘਰ ਰੱਖੀਆਂ ਸੀ ਕਿਸੇ ਕੰਮ ਲਈ, ਅਤੇ ਉਹ ਲੈ ਕੇ ਚੱਲੇ ਹਾਂ। ਮੈਂ ਇਹ ਵੀ ਲੈ ਜਾਂਦੇ ਹਾਂ, ਅਤੇ ਗੱਡੀ ਵੀ ਨਾ ਅੰਦਰੋਂ ਬਹੁਤ ਜ਼ਿਆਦਾ ਕਲੀਨ ਕਰਾਉਣ ਵਾਲੀ ਹੋ ਗਈ ਆ, ਵੀ ਮਾਰਕਸ ਹੈਗੇ ਆ, ਆਹ ਦੇਖੋ ਨਾ ਜਿੱਦਾਂ ਕਈ ਕਈ ਜਗ੍ਹਾ, ਅਤੇ ਇਹ ਵੀ ਕਲੀਨ ਕਰਾਉਣ ਵਾਲੀ ਆ। ਬਾਕੀ ਚਲੋ ਦੇਖਦੇ ਹਾਂ, ਪਹਿਲਾਂ ਪਲੇਟਾਂ ਲੈ ਕੇ ਚੱਲਦੇ ਹਾਂ, ਇਹ ਕੰਮ ਨਿਬੇੜਦੇ ਹਾਂ ਗੱਡੀ ਵਾਲਾ, ਫਿਰ ਦੇਖਦੇ ਹਾਂ। ਆਰਾਮ ਨਾਲ ਆਰਾਮ ਨਾਲ, ਮੰਮਾ ਚੋਟ ਨਾ ਖਾਣੀ। ਚਲੋ ਠੀਕ ਆ, ਥੈਂਕ ਯੂ ਮਹਾਰਾਜ। ਚਲੋ ਜੀ ਆਪਾਂ ਨਿਕਲਦੇ ਹਾਂ, ਫਿਰ ਮਿਲਦੇ ਹਾਂ ਤੁਹਾਨੂੰ ਜਾ ਕੇ। ਹੁਣ ਲਓ ਜੀ ਮਿੱਤਰੋ, ਭਰਾਵਾਂ ਨੇ ਕੰਮ ਕਰਤਾ ਸੀਗਾ ਸ਼ੁਰੂ, ਚੁੱਲ੍ਹਾ ਬਣਾਉਣ ਦਾ ਪ੍ਰੋਸੈਸ ਚੱਲੀ ਜਾਂਦਾ ਆ। ਆਹ ਝੋਟਾ, ਉਹ ਮੰਗਾ ਸੇਠ ਆ ਗਿਆ, ਕਹਿੰਦੇ ਮੰਗਾ ਆ ਗਿਆ। ਕਿੱਦਾਂ ਮੰਗਿਆ? ਠੀਕ ਆ, ਹੋਰ ਸੈੱਟ ਆ? ਲਓ ਜੀ ਐਂ ਜੱਸਾ। ਹੁਣ ਵੀਰੋ ਬਾਏ ਚੱਲੀ ਜਾਂਦਾ ਕੰਮ, ਅਤੇ ਬਾ ਤੁਹਾਨੂੰ ਦਿਖਾਉਂਦੇ ਹਾਂ ਕਿ ਕੀ ਸਿਸਟਮ ਬਣਦਾ ਨਾਲ ਨਾਲ। ਠੀਕ ਹੈ, ਹੁਣ ਇਹ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਨਾ ਪਿਛਲੇ ਵਲੋਗਾਂ 'ਚ, ਵੀ ਇਹ ਵੇਟ ਵੀ ਸਪੈਸ਼ਲ ਆ, ਅਤੇ ਇਹਨੂੰ ਚੁੱਲ੍ਹਾ ਵੀ ਸਪੈਸ਼ਲ ਹੀ ਬਣਨਾ ਆ। ਠੀਕ ਹੈ, ਇੱਦਾਂ ਨਹੀਂ ਵੀ ਹਾਂ ਕਿਸੇ ਦੇ ਬਣੇ ਬਣਾਏ 'ਤੇ ਚੜ੍ਹ ਜੂ ਵੇਟ ਜਾਂ ਕਿੱਦਾਂ ਵੀ ਆ। ਹੁਣ ਇਹਦੇ 'ਚ ਪਿੱਛੇ ਆਪਾਂ ਰੱਖਣੀ ਹੈ ਪੈਕਿੰਗ। ਠੀਕ ਹੈ, ਆਹ ਮੇਨ ਚੁੱਲ੍ਹੇ ਤੋਂ ਆਪਾਂ ਇਹ ਵਾਲਾ ਜਿਹੜਾ ਪਾਰਟ ਹੈ ਥੋੜ੍ਹਾ ਜਿਹਾ ਅੱਗੇ ਰੱਖਣਾ ਆ, ਅਤੇ ਇਹਦੇ 'ਚ ਪੈਕਿੰਗ ਦੇਣੀ ਆ। ਠੀਕ ਹੈ, ਬਾਕੀ ਹਲੇ ਤੁਸੀਂ ਇਹ ਹਿਸਾਬ ਲਾਓ, 3 ਕੁਇੰਟਲ 85 ਕਿਲੋ ਵਜਨ 'ਤੇ ਪਲੇਟਾਂ ਦਾ ਹੋ ਗਿਆ ਸੀਗਾ, ਅਤੇ 70 ਕੁ ਕੇਜੀ ਭਾਅ ਜੀ ਹੁਣੀ ਕਹਿੰਦੇ ਵੀ ਆਹ ਮਾਲ ਆਇਆ ਹੈ, ਇਹ ਭਾਅ ਜੀ ਹੁਣੀ ਲੈ ਕੇ ਆਏ ਸੀਗੇ, ਅਤੇ ਇਹ ਵਜਨ ਲਾ ਲਓ, ਅਤੇ ਬਾਕੀ ਹਲੇ ਜਿਹੜੀਆਂ ਪੈਕਿੰਗਾਂ ਪੂੰਕੀਆਂ ਪੈਣੇ ਆ ਉਹ, ਅਤੇ ਜਿਹੜੇ ਸਪੇਸਰ ਪੈਣੇ ਆ ਉਹ ਵੀ ਵੱਖਰੇ ਆ, ਹਲੇ ਬਹੁਤ ਕੁਛ ਆ, ਉਸ ਤੋਂ ਬਾਅਦ ਵੇਟ ਪਤਾ ਲੱਗੂ ਕਿੰਨਾ ਆ। ਮੇਨ ਚੱਕਰ ਬੱਬੇ ਸਾਰਾ ਇਹਦਾ ਇਹ ਆ ਕਿ ਜਿਹੜਾ ਆਪਾਂ ਪਲੇਟ ਦੇ ਵਿੱਚ ਪਾਇਆ ਰਖਾਇਆ ਨਾ ਫਸਾਉਣ ਲਈ, ਠੀਕ ਹੈ, ਉਹ ਬਿਲਕੁਲ ਹੀ ਵੱਖਰਾ ਰਖਾਇਆ। ਇਹੋ ਜਿਹੀ ਪਲੇਟ ਤੁਹਾਨੂੰ ਮਤਲਬ ਬਹੁਤ ਘੱਟ ਆ ਜੇ ਕਿਸੇ ਨੇ ਬਣਾਈ ਹੋਵੇ, ਮੈਂ ਤਾਂ ਵੇਖੀ ਨਹੀਂ, ਮੈਂ ਤਾਂ ਕਹਿੰਦਾ ਆ। ਠੀਕ ਹੈ, ਇਹ ਥੱਲਿਓਂ ਉੱਪਰੋਂ ਫਸਾਉਣ ਵਾਲੀ ਕੀਤੀ ਆ ਸਾਰੀ ਸੈਟਿੰਗ। ਠੀਕ ਹੈ, ਬਾਕੀ ਜਿੱਦਾਂ ਇਹ ਪਲੇਟਾਂ ਜਦੋਂ ਲੱਗ ਜਾਣਗੀਆਂ ਫਿਰ ਤੁਹਾਨੂੰ ਦਿਖਾਵਾਂਗੇ ਵੀ ਅਸਲ 'ਚ ਆਉਂਦਾ ਕੀ ਆ। ਹਾਲੇ ਤਾਂ ਜਦੋਂ ਮੈਂ ਉਹੀ ਕਹਿੰਦਾ ਹੁੰਦਾ ਹਮੇਸ਼ਾ ਕਿ ਜਦੋਂ ਜਿਹੜੀ ਚੀਜ਼ ਬਣਦੀ ਆ ਉਦੋਂ ਉਹਦਾ ਪਤਾ ਨਹੀਂ ਲੱਗਦਾ ਹੁੰਦਾ, ਕੰਪਲੀਟ ਹੋਏ 'ਤੇ ਹੀ ਪਤਾ ਲੱਗਣਾ ਹੈਗਾ। ਆਓ ਜੀ ਮਿੱਤਰੋ, ਕਹਿੰਦੇ ਕਰਤਾ ਤਿਆਰ ਫਿਰ। ਲਓ ਜੀ, ਇੱਦਾਂ ਦੀ ਆਊਟਕਮ ਆਉਣੀ ਆ ਚੁੱਲ੍ਹੇ ਦੀ ਖਾਲੀ ਦੀ। ਠੀਕ ਹੈ, ਬਾਕੀ ਜਿਹੜਾ ਪਲੇਟਾਂ ਪਾ ਕੇ ਜੋ ਸਿਸਟਮ ਬਣਨਾ ਆ ਉਹ ਤੁਹਾਨੂੰ ਅੱਗੇ ਦਿਖਾਵਾਂਗੇ। ਹਾਲੇ ਕੱਚਾ ਕੀਤਾ ਆ, ਜਿਹਨੂੰ ਆਪਾਂ ਕਹਿ ਦਿੰਦੇ ਹੁਣ ਟਾਂਕੇ ਲਾਏ ਆ ਬਸ। ਠੀਕ ਹੈ, ਇਹ ਟਾਂਕੇ ਜੇ ਲਾ ਕੇ ਛੱਡਿਆ ਆ ਭਰਾਵਾਂ ਨੇ, ਅਤੇ ਇਹ ਲਾ ਲਓ ਵੀ 70-75 ਕਿਲੋ ਦਾ ਚੁੱਲ੍ਹਾ ਹੋ ਜਾਣਾ ਆ। ਠੀਕ ਹੈ, 70-75 ਦੇ ਨੇੜੇ ਤੇੜੇ ਚੁੱਲ੍ਹਾ ਹੋ ਗਿਆ, ਬਾਕੀ ਪਲੇਟਾਂ ਦਾ ਵਜ਼ਨ ਹੋ ਜੂਗਾ। ਇਹ ਵੀ ਤੋਲ ਕੇ ਇੱਕ ਵਾਰੀ ਦੇਖਾਂਗੇ ਕਿ ਹਿਸਾਬ ਨਾਲ ਵੀ ਟਰੈਕਟਰ ਦਾ ਅਲੱਗ ਵਜ਼ਨ ਕਰਾ ਕੇ ਫਿਰ ਕਿੱਟ ਲਾ ਕੇ ਕਿੰਨਾ ਵਜ਼ਨ ਹੁੰਦਾ ਯਾਰ ਟੋਟਲ। ਲਓ ਵੀ ਮਿੱਤਰੋ, ਭਾਅ ਜੀ ਲੱਗਾ ਆ ਕੰਮ 'ਤੇ। ਚੁੱਲ੍ਹੇ ਦਾ ਚੰਗਾ ਹੀ ਵਜ਼ਨ ਹੋ ਜਾਣਾ ਆ, 75-80 ਦੇ ਨੇੜੇ ਚਲੇ ਹੀ ਜਾਣਾ ਅਸੀਂ ਗੈਸ ਕਰਦੇ ਸੀ ਜਿੱਦਾਂ। ਠੀਕ ਹੈ, ਅਤੇ ਬਾਕੀ ਇਹ ਨਿੱਗਰ ਹੋ ਜੂਗਾ, ਵੈਲਡ ਵੁਲਡ ਵਧੀਆ ਭਰ ਕੇ ਇਹਦੇ 'ਚ। ਠੀਕ ਹੈ, ਅਤੇ ਭਰਾ ਹੁਣਾਂ ਦਾ ਕੰਮ ਪੂਰਾ ਤਸੱਲੀ ਬਖਸ਼ ਹੁੰਦਾ ਆ ਐਨ ਤਰੀਕੇ ਨਾਲ। ਆਹ ਭਾਅ ਜੀ ਹੁਣਾਂ ਦਾ ਯੂਟਿਊਬ ਚੈਨਲ ਆ ਜਗਾੜੀ ਬੰਦੇ। ਠੀਕ ਹੈ, ਬਾਕੀ ਇੱਥੇ ਨੰਬਰ ਆ, ਇਹ ਬਾਈ ਬਿਲਗੇ ਤੋਂ ਜਦੋਂ ਔਜਲੇ ਨੂੰ ਜਾਂਦੇ ਹਾਂ ਉਸ ਰੋਡ 'ਤੇ ਆ ਵੀਰ ਹੁਣਾਂ ਦੀ ਦੁਕਾਨ, ਫੋਨ ਕਰਕੇ ਜਿਹੋ ਜਿਹਾ ਮਰਜ਼ੀ ਕੰਮ ਆ ਕੇ ਕਰਾ ਲਓ ਬਸ। ਬਿਲਕੁਲ ਬਿਲਕੁਲ, ਲਓ ਜੀ ਵੀਰੋ ਚੈੱਕ ਕਰੋ ਲੇਅਰਾਂ ਲੱਗਦੀਆਂ, ਕਿਉਂ ਬਣਦੀ ਗੱਲਬਾਤ। ਮੋਟਰਸਾਈਕਲ ਲੈ ਜਾ, ਹਾਂ ਗੱਡੀ ਫਿਰ ਤੈਨੂੰ ਪ੍ਰੋਬਲਮ ਹੋਣੀ, ਉੱਥੋਂ ਕਿੱਥੋਂ ਮੋੜਦਾ ਫਿਰ।
ਅੱਗੇ ਹਟਣ ਦਾ ਸ਼ੁਗਲਾ ਹੋ ਗਿਆ, ਅਸੀਂ ਉੱਧਰ ਹੀ ਚੱਲ ਗਏ, ਉੱਧਰ ਸਾਰਾ ਰਾਹ ਬੰਦ ਸੀਗਾ। ਉਹ ਪਲਾਹੇ ਵੱਲ ਦੀ ਫਿਰ ਅਸੀਂ ਵਾਪਸ ਆਏ ਦੂਜੇ ਪਾਸੇ ਨੂੰ ਗਏ। ਆਹੋ ਫਲੋਰ ਇੱਧਰ ਪਰਵਾਲੇ ਵਾਲੇ ਨੂੰ, ਪਰਵਾਲੇ ਵਾਲੇ ਗਰੈਂਡਰ ਮਾਰ ਕੇ ਸਫਾਈ ਹੋ ਗਈ ਆ, ਫਾਈਨਲ ਤਾਂ ਬਾਅਦ 'ਚ ਕਰਨੀ, ਹਲੇ ਉਹ ਚਾਦਰ ਲਾਉਣੀ ਨਾ ਇਹਦੇ ਉੱਪਰ, ਇਹਨੂੰ ਬੰਦ ਕਰਨਾ ਉੱਤੋਂ, ਅਤੇ ਉਹਦਾ ਪ੍ਰੋਸੈਸ ਸ਼ੁਰੂ ਕਰਤਾ ਵੀ ਉਹਨਾਂ ਨੇ। ਬਾਕੀ ਤੁਸੀਂ ਚੈੱਕ ਕਰ ਲਓ ਕਿਉਂ ਕਰਤਾ, ਓਕੇ ਰਿਪੋਰਟ ਬਿਲਕੁਲ। ਇਹ ਜਿਸਤੀ ਚੁੱਲ੍ਹੇ ਚੁੱਲ੍ਹੇ ਤੋਂ ਬਹੁਤ ਮਜ਼ਬੂਤ ਹੋ ਜਾਣਾ, ਹਾਂ ਉਹ ਤੋਂ ਤਾਂ ਬਹੁਤ ਜ਼ਿਆਦਾ। ਅੱਛਾ ਹੁਣ ਇਹ 'ਚ ਇਹ ਵੀ ਹੈ, ਜਿੱਦਾਂ ਆਪਾਂ ਟੋਚਣ ਵਾਲਾ ਜਗਾੜ ਇਹਦੇ ਵਿੱਚ ਰੱਖਿਆ ਨਾ, ਉਹ ਮੈਨੂੰ ਕਹਿੰਦਾ ਸੀਗਾ ਵੀ ਇਹਨੂੰ ਗੋਲ ਕਰ ਦਿੰਦੇ, ਮੈਂ ਕਿਹਾ ਨਾ ਇਹਨੂੰ ਆਹ ਕਰ, ਇਹ ਸਹੀ ਕਰਾਇਆ ਸੀ ਮੈਂ ਫਿਰ। ਹਾਂ ਲਓ ਜੀ ਵੀਰੋ, ਚੁੱਲ੍ਹਾ ਆਲਮੋਸਟ ਆਲਮੋਸਟ ਰੈਡੀ ਹੋ ਗਿਆ ਆ, ਗਰੈਂਡਰ ਲੱਗੀ ਜਾਂਦਾ, ਬਾਕੀ ਤੁਹਾਨੂੰ ਫਿੱਟ ਕਰਕੇ ਫਿਨਿਸ਼ਿੰਗ ਦਿਖਾਉਂਦੇ ਹਾਂ ਇਹਦੀ ਕਿੱਦਾਂ ਕੀ ਹੈ। ਹੁਣ ਇਹਦਾ ਵਜ਼ਨ ਚੈੱਕ ਕਰਦੇ ਹਾਂ, ਕੰਡਾ ਲਿਆ ਸੀਗਾ ਮੁੰਡੇ, ਠੀਕ ਹੈ ਕਿੱਦਾਂ ਮਹਾਰਾਜ? ਓਕੇ ਓਕੇ ਆ, ਚੱਕੋ ਹੁਣ ਕੰਡਾ ਲਾ ਕੇ ਇਹਦਾ ਵਜ਼ਨ ਚੈੱਕ ਕਰ ਲੈਂਦੇ ਹਾਂ, ਠੀਕ ਹੈ ਦੱਸਦੇ ਹਾਂ ਤੁਹਾਨੂੰ। ਚੈੱਕ ਕਰ ਲਓ, ਜੀਰੋ ਸੀਗਾ ਹੈ, ਇਹਦਾ ਕਮਾਲੇ ਹੋ ਗਈ, ਇਹਦਾ ਕਮਾਲੇ ਹੋ ਗਈ। ਆਹੋ ਸੱਚ ਓਏ, ਅਸੀਂ ਐਵੇਂ ਖੁਸ਼ ਹੋਈ ਜਾਂਦੇ ਹਾਂ ਵੀ 43 ਕਿਲੋ 800 ਗ੍ਰਾਮ ਆਹ ਪਈਆਂ, ਹਲੇ ਤਾਂ ਹਲੇ ਸਪੇਸਰ ਪੈਣੇ ਆ। ਹਾਂ ਚਲੋ ਸਹੀ ਆ, ਸਹੀ ਆ ਭਾਅ ਜੀ। ਓਕੇ ਲਓ ਜੀ, ਚੁੱਲ੍ਹਾ ਦੇ 43 ਕਿਲੋ ਕੁਛਦਾ ਆ, ਸ਼ੁਰੂਆਤ ਹੋ ਗਈ ਫਿਟਿੰਗ ਦੀ, ਲਾਤੇ ਕੱਲਾ ਚੁੱਲ੍ਹਾ ਵੀ ਸੋਹਣਾ ਲੱਗਿਆ ਕਰਨਾ, ਤਾਂ ਪਲੇਟਾਂ ਪਲੂਟਾਂ ਲਾ ਕੇ ਚੁੱਲ੍ਹਾ ਸੋਹਣਾ ਲੱਗਿਆ ਕਰਨਾ। ਮੇਰੀ ਨਾ ਰੀਝ ਪਤਾ ਕੀ ਸੀ ਸ਼ੁਰੂ ਤੋਂ, ਮੈਂ ਕਦੀ ਨਾ ਇੱਥੇ ਵੇਟ ਨਹੀਂ ਪਾਇਆ, ਮੇਰਾ ਦਿਲ ਕਰਦਾ ਸੀ ਹਮੇਸ਼ਾ ਬੰਪਰ ਹੀ ਬਣਾਵਾਂ ਹੈ ਨਾ, ਐਰ ਕੀ ਜਦੋਂ ਵੇਟ ਲਾਉਣ ਦੀ ਸਲਾਹ ਬਣੀ, ਮੈਂ ਕਿਹਾ ਫਿਰ ਇੱਦਾਂ ਨਹੀਂ, ਕੋਈ ਡਿਫਰੈਂਟ ਜਿਹਾ ਲਾਉਣਾ ਆ, ਇਹ ਚੀਜ਼ ਹੋਇਆ। ਲਓ ਮਿੱਤਰੋ, ਚੁੱਲ੍ਹਾ ਜੀ ਤਾਂ ਲਾਤੇ ਆ, ਚੁੱਲ੍ਹਾ ਜੀ ਕਰਤਾ ਫਿੱਟ, ਠੀਕ ਹੈ ਹੁਣ ਤੁਹਾਨੂੰ ਦਿਖਾਉਂਦੇ ਹਾਂ, ਕਰੋ ਚੈੱਕ ਇੱਦਾਂ ਆ ਕੁਛ। ਲਓ ਬੱਲੇ ਸੇਠਾ ਕਿਉਂ ਪਾਉਂਦਾ ਤੱਕ, ਇਹ 27-28 ਇੰਚੀ ਬੰਪਰ ਜਿਨ੍ਹਾਂ ਦੇ ਬਾਹਰ 'ਚ ਆ ਗਿਆ। ਲਓ ਜੀ ਦੇਖੋ, ਬਾਕੀ ਫਿੱਟ ਹੋ ਲੈਂਦਾ ਫਿਰ ਦੱਸਦਾ ਆ ਯੋਧਾ ਕੀ ਕਹਿੰਦਾ ਆ। ਲਓ ਜੀ ਵੀਰੋ, ਇਹ ਰੈਡੀ ਹੋ ਰਿਹਾ ਆਪਣੇ ਫਰੰਟ ਵਾਲਾ ਜਿਹੜਾ ਵੇਟ ਆ, ਉਹਦੇ ਵਿੱਚ ਪਾਉਣ ਨੂੰ ਜਿਹੜੇ ਨਟ ਬੋਲਟ ਹੁੰਦੇ ਆ ਉਹ ਰੈਡੀ ਕਰ ਲਏ ਆ ਵੀਰ ਨੂੰ। ਉੱਧਰ ਪਲੇਟਾਂ 'ਚ ਸੁਰਾਖ ਹੋਣ ਡਿਆ ਜਿਹੜੇ ਆਪਣੇ ਸਪੇਸਰ ਆ ਨਾ, ਆਹ ਫਿਰ ਇਹਨਾਂ ਰਾਬਾ ਹੋ ਗਏ, ਉਹ 3 ਰਹਿ ਗਈਆਂ ਪਲੇਟਾਂ ਸੁਰਾਖ ਕਰਨ ਵਾਲੀਆਂ। ਲਓ ਵੀ ਵੀਰੋ, ਚੁੱਲ੍ਹਾ ਰੈਡੀ ਹੋ ਗਿਆ ਸੀ, ਪੱਤੀਆਂ ਰੈਡੀ ਹੋ ਗਈਆਂ, ਸਾਰਾ ਸਮਾਨ ਰੈਡੀ ਹੋ ਗਿਆ ਇਹਦਾ, ਬਸ ਇਹਦੇ ਹੁਣ ਨਾ ਬਾਕੀ ਦਾ ਕੰਮ ਆਪਾਂ ਸਵੇਰੇ ਕਰਾਂਗੇ, ਕਿਉਂਕਿ ਹਨੇਰਾ ਵੀ ਹੋ ਜਾਂਦਾ, ਟਾਈਮ ਵੱਧ ਹੋ ਜਾਂਦਾ ਆ, ਫਿਰ ਉਹ ਕੰਮ ਵਾਲਾ ਮਜ਼ਾ ਆਉਂਦਾ ਨਹੀਂ ਆ, ਬਾਕੀ ਕੰਮ ਆਪਾਂ ਸਵੇਰੇ ਕਰਾਵਾਂਗੇ ਇਹਦਾ, ਅਤੇ ਹੁਣ ਇਹਨੂੰ ਲੈ ਕੇ ਚੱਲਦੇ ਹਾਂ ਬਸ। ਅਤੇ ਵਲੋਗ ਦਾ ਵੀ ਆਪਾਂ ਇੱਥੇ ਹੀ ਐਂਡ ਕਰਦੇ ਹਾਂ,
ਬਾਕੀ ਦਾ ਜਿੰਨਾ ਸਿਸਟਮ ਹੈ ਤੁਹਾਨੂੰ ਕੱਲ੍ਹ ਦਿਖਾਉਂਦੇ ਹਾਂ ਵੀ ਕੀ ਕੁਛ ਬਣਦਾ ਆ, ਕਿੱਦਾਂ ਆ, ਕੀ ਨਹੀਂ। ਠੀਕ ਹੈ, ਅਤੇ ਸਮਾਨ ਤਾਂ ਲਗਭਗ ਰੈਡੀ ਆ, ਕੱਲ੍ਹ ਬਸ ਸਾਈਡਾਂ ਦੀਆਂ ਪਲੇਟਾਂ ਬਣਾ ਕੇ ਅਤੇ ਇਹਨੂੰ ਸੈੱਟ ਕਰਕੇ ਲਾ ਦੇਣਾ ਆ, ਅਤੇ ਕੱਲ੍ਹ ਦਿਖਾਉਂਦੇ ਹਾਂ ਤੁਹਾਨੂੰ ਬਾਕੀ ਦੀ ਜਿੰਨੀ ਵੀ ਪ੍ਰੋਗਰੈਸ ਹੋਊਗੀ ਟਰੈਕਟਰ ਦੇ ਨਾਲ। The useless machine, no one notices the you. It's just me against the world. I got the lip, what the brata.